ਇੰਡੀਆ ਵਾਲੇ ਸਵਾਦ ਲੈਂਦੇ ਆ, ਜਿਹਨੂੰ ਕਹਿੰਦੇ ਨੇ ਭੁਕਾਨੇ, ਪੂਰੀ ਪੂਰੀ ਭਾਜੀ ਇੱਕ ਨੰਬਰ। ਥੋੜੀ ਸੱਟ ਲੱਗਣ ਕਰਕੇ ਇੰਡੀਆ ਦੁਬਾਰਾ ਗਿਆ ਸੀ ਤੇ ਆ ਗਿਆ ਹੁਣ ਉੱਧਰ ਆਪਣਾ। ਰੋਪੜ ਵਾਲੇ ਭਰਾ ਨੇ ਬਚਪਨ ਚਿੱਤੇ ਕਰਾਤਾ ਦੁਬਾਰਾ, ਫਿਰ ਪੰਜਾਬ ਚਿੱਤੇ ਕਰਾਤਾ ਆਪਾਂ, ਪੰਜਾਬ ਚਾਹੀ ਭਗਤ ਕਰੀਦਾ ਆ। ਨਵੇਂ ਆਈਟਮ ਯੂਰਪ ਦੇ ਵਿੱਚ ਕਦੇ ਸੋਚਿਆ ਨਹੀਂ ਵੀ ਆਪਾਂ ਆ ਵੀ ਬਣਾ ਕੇ ਖਾਵਾਂਗੇ, ਸੱਚੀ ਦੱਸਾਂ ਫਿਰ ਮੈਂ ਤੁਹਾਨੂੰ ਰੋਪੜ ਵਾਲੇ ਭਰਾ ਨੇ ਚੇਤੇ ਕਰਾਤੀਆਂ ਚੀਜ਼ਾਂ, ਮੈਨੂੰ ਲੱਗਦਾ ਹੁਣ ਸਾਨੂੰ ਕੁਰੀਅਰ ਕਰਾਉਣਾ ਪੈਣਾ। ਕਹਿੰਦਾ ਆਪਣੇ ਖਾਸ ਮਿੱਤਰ ਨੂੰ ਵੀ ਕੁਰੀਅਰ ਕਰ ਆਈਟਮਾਂ ਆਪਾਂ ਕਰੇ ਕਰਾਂਗੇ ਯਾਰ। ਖਾਣੀ ਰੋਟੀ ਦੀ ਭਾਜਾ, ਰੋਟੀ ਬਾਅਦ ਚ ਖਾਵਾਂਗੇ, ਪਹਿਲਾਂ ਹੁਣ ਆਹ ਖਾਵਾਂਗੇ ਆਪਾਂ, ਨਾਲੇ ਲਾਸਟ ਹੀ ਆ ਆਪਣਾ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਇੱਕ ਵਾਰ ਫੇਰ ਤੋਂ ਚੈਨਲ 'ਤੇ। ਸੋ ਅੱਜ ਅਸੀਂ ਇੰਡੀਆ 'ਚ ਸੰਗਰਾਂਦ ਮਨਾ ਰਹੇ ਹਾਂ ਅਤੇ ਸਾਡੇ ਪਿੰਡ ਤਾਂ ਅੱਜ ਬਾਬਾ ਰਹਿਮਤ ਸ਼ਾਹ ਦਾ ਮੇਲਾ ਵੀ ਚੱਲ ਰਿਹਾ ਅਤੇ ਅਸੀਂ ਅੱਜ ਬਣਾਉਣ ਲੱਗੇ ਹਾਂ ਆਲੂ ਦੇ ਪਰੌਂਠੇ। ਦੇਖੋ ਆਲੂ ਆਪਾਂ ਉਬਾਲ ਲਏ ਆ, ਪਿਆਜ਼ ਪਾ ਲਏ, ਹਰੀਆਂ ਮਿਰਚਾਂ ਪਾ ਕੇ ਮਸਾਲੇ ਪਾ ਲਏ ਆ, ਮੈਸ਼ ਕਰਨ ਲੱਗੇ ਹਾਂ। ਇੱਧਰ ਬਣ ਰਹੀਆਂ ਸਾਡੀਆਂ ਬੜੀਆਂ, ਦੇਖੋ ਸੋਇਆਬੀਨ। ਸੰਗਰਾਂਦ ਅਸੀਂ ਅੱਜ ਇੱਦਾਂ ਹੀ ਮਨਾਉਣੀ ਆ, ਕਿਉਂ ਵੀ ਮੁੰਡੇ ਬਿਲਕੁਲ ਇੱਦਾਂ ਹੀ ਚੱਲਣਾ ਅੱਜ ਆਪਾਂ। ਬਾਕੀ ਆਪਾਂ ਹੁਣ ਮੈਸ਼ ਕਰ ਲਈਏ, ਫਿਰ ਜਦੋਂ ਪਰੌਂਠੇ ਬਣਾਵਾਂਗੇ ਇਹ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ। ਲੋ ਜੀ ਸਾਡੇ ਆਲੂ ਰੈਡੀ, ਇੱਧਰ ਆਟਾ ਵੀ ਗੁੰਨ ਰਹੇ ਹਾਂ, ਉਹ ਵੀ ਰੈਡੀ ਹੋਣ ਲੱਗਿਆ। ਫਿਰ ਅਸੀਂ ਬਣਾਉਣੇ ਆ ਆਲੂ ਵਾਲੇ ਪਰੌਂਠੇ, ਜੇ ਰੈਡੀ ਹੁੰਦੇ ਫਿਰ ਤੁਹਾਨੂੰ ਇੱਕ ਵਾਰ ਫਿਰ ਦਿਖਾ ਦੇਵਾਂਗੇ। ਇੱਧਰ ਸਾਡੇ ਬੜੀਆਂ, ਲਓ ਜੀ ਸਾਡੇ ਪਰੌਂਠੇ ਬਣਨੇ ਸ਼ੁਰੂ ਹੋ ਗਏ ਆ। ਦੇਖੋ ਇੱਧਰ ਹੁਣ ਭਾਜੀ ਉਹਨਾਂ ਨੂੰ ਭਰ ਰਹੇ ਆਲੂਆਂ ਨੂੰ। ਦੀਪਕ ਭਾਈ ਸਾਡੇ ਜਲੰਧਰ ਤੋਂ ਆ, ਨਰਮ ਸਾਡੇ ਕੋਲ ਤਾਂ ਇੱਦਾਂ ਦੀ ਹਾਲੇ ਬਣਦੀਆਂ ਨੀ, ਟ੍ਰੇਨਿੰਗ ਲੈ ਰਹੇ ਨਾਲ ਨਾਲ ਅਸੀਂ। ਗੋਲ ਬਣਨੀ, ਗੋਲ ਐਨ
ਭਾਜੀ ਕਿੱਥੇ ਕਿੱਥੇ ਆਪਾਂ ਕੀਤਾ ਇਹ ਕੰਮ, ਮਤਲਬ ਘਰ ਵੀ ਕਰਦੇ ਨੇ, ਉਦਾਂ ਭਾਜੀ ਦੱਸਦਾ ਨੀ ਹੈਗਾ, ਇੰਗਲੈਂਡ ਵੀ ਜਾ ਕੇ ਆਇਆ ਭਾਜੀ, ਦੁਬਈ ਦੁਬਈ ਕਰਦਾ, ਐਵੇਂ ਨੀ ਇਹ ਕੰਮ ਆਉਂਦੇ, ਐਵੇਂ ਨੀ ਗੋਲ ਪਰੌਂਠੇ ਬਣਦੇ ਦੇਖ ਲਓ। ਬਾਕੀ ਭਾਜੀ ਨੂੰ ਸ਼ੌਂਕ ਹੈ ਕੁਕਿੰਗ ਦਾ, ਕਹਿੰਦੇ ਮੈਂ ਘਰ ਵੀ ਆਪਣੀ ਰੋਟੀ ਕਈ ਵਾਰੀ ਆਪ ਹੀ ਬਣਾ ਕੇ ਮਤਲਬ ਖਾ ਲੈਂਦਾ। ਆਲੂ ਵਾਲੇ ਪਰੌਂਠੇ ਅੱਜ ਕੇ ਪਹਿਲੀ ਵਾਰੀ ਹੁਣ ਬਣਾਉਣ ਲੱਗੇ ਆ, ਰੋਜ਼ ਨਵੀਂ ਤੋਂ ਨਵੀਂ ਡਿਸ਼ ਬਣਾਈ ਜਾ ਰਹੀ ਹੈ, ਤਾਂ ਭਾਫਾਂ ਛੱਡ ਗਈਆਂ ਬੜੀਆਂ ਵੀ। ਲੋ ਜੀ ਪਾਸਤਾ ਤਵੇ ਦੇ ਉੱਤੇ ਪਰੌਂਠਾ ਲੱਗਾ ਰਾੜਨ, ਹੁਣ ਭਾਜੀ ਨੇ ਟੈਕਨੀਕ ਸਾਨੂੰ ਉਹ ਦੱਸਦੇ ਰਹਿੰਦੇ ਕੁਛ ਨਾ ਕੁਛ, ਰੋਜ਼ ਨਵੀਂ ਟੈਕਨੀਕ ਅਸੀਂ ਸਿੱਖ ਲਈ ਦੀ ਹੈ ਭਾਜੀ ਤੋਂ। ਹਿਮਾਚਲ ਵਾਲੇ ਆ ਉਹ ਦੇਸੀ ਘੇ ਲੈ ਕੇ ਆਏ ਸੀਗੇ ਭਰ ਕੇ, ਉਹ ਹੁਣ ਫਿਨਿਸ਼ ਹੋ ਗਿਆ, ਕਹਿੰਦੇ 3 ਮਹੀਨੇ ਕੱਢ ਲਿਆ ਉਹਨਾਂ ਨੇ। ਬਾਕੀ ਕੋਈ ਨੀ, ਹੁਣ ਇੰਡੀਆ ਤੋਂ ਜਦੋਂ ਕੋਈ ਆਊਗਾ ਅਸੀਂ ਘੇ ਵੀ ਮੰਗਾਵਾਂਗੇ। ਦੇਖਣ ਨੂੰ ਦੇਖੋ ਪਰੌਂਠਾ ਕਿੰਨਾ ਵਧੀਆ ਲੱਗ ਰਿਹਾ ਆ, ਘੈਂਟ ਆ ਨਾ, ਇੰਨੇ ਟੇਸਟੀ ਹੋਊਗਾ ਇਹ ਮੈਨੂੰ ਲੱਗ ਰਿਹਾ। ਭਾਜੀ ਪੂਰੇ ਪਰਫੈਕਟ ਸ਼ੈਫ ਆ, ਕਾਫੀ ਚੀਜ਼ਾਂ ਅਸੀਂ ਹੁਣ ਇਹਨਾਂ ਤੋਂ ਸਿੱਖਦੇ ਹਾਂ। ਇੰਡੀਆ ਤੋਂ ਬਾਹਰ ਆ ਕੇ ਉਦਾਂ ਬੰਦਾ ਕੁਕਿੰਗ ਸਿੱਖ ਲੈਂਦਾ, ਉਦਾਂ ਦੀਆਂ ਗੱਲਾਂ ਦੇਖੋ ਕਿੰਨੀ ਲੁਕ ਵਧੀਆ ਆ, ਘੈਂਟ ਆ ਨਾ। ਚਲੋ ਹੁਣ ਤੁਹਾਨੂੰ ਖਾ ਕੇ ਵੀ ਅਸੀਂ ਦਿਖਾਵਾਂਗੇ ਤੇ ਦੱਸਾਂਗੇ। ਹਾਂ ਦੇਖੋ ਵੀ ਘੈਂਟ ਯੋਗਟ ਅਸੀਂ 2 ਤਰ੍ਹਾਂ ਦਾ ਲਿਆਂਦਾ, ਨਾਲ ਕੈਚਅਪ। ਪਰੌਂਠੇ ਭਾਈ ਨੇ ਸਿਰਾ ਕਰਾ ਦਿੱਤੇ ਵੀ, ਬਹੁਤ ਜ਼ਿਆਦਾ ਵਧੀਆ ਬਣਾਏ, ਘੈਂਟ ਗੱਲਬਾਤ ਆ ਭਾਜੀ। ਅਸੀਂ ਗਰਮ ਕਰ ਕਰ ਅਸੀਂ ਖਾਈ ਜਾਂਦੇ, ਹੁਣ 2-2 ਖਾਂਦੇ ਹਾਂ। ਇਹ ਸਟ੍ਰੋਬਰੀ ਵਾਲਾ ਯੋਗਟ ਆ, ਇੱਕ ਦੂਜਾ ਆ, ਨਾਲ ਹੋ ਗਈ ਕੈਚਅਪ। ਘੈਂਟ ਆ ਬਈ, ਘੈਂਟ ਆ ਗੱਲਬਾਤ।
ਸਿੱਧਾ ਜਾਣਾ ਆਪਾਂ ਡਿਲੀਵਰੀ ਕਰਨ ਪਹਿਲੀ ਵਾਰੀ ਚੱਲੇ ਹਲੇ ਮੈਂ ਆਪਣੇ ਲਈ ਨਹੀਂ ਮੈਂ ਟ੍ਰੇਨਿੰਗ ਲੈ ਰਿਹਾ ਹਲੇ ਮੁੰਡੇ ਤੋਂ ਲੈਂਦੇ ਨਜ਼ਾਰੇ ਨਿਆਣੇ ਇੱਥੇ ਔਫਿਸ ਵਿੱਚ ਸਾਡੇ ਬੋਸ ਦਾ ਮੁੰਡਾ ਆਇਆ ਹੈ ਲੈਂਦਾ ਕਿ ਨਹੀਂ ਨਜ਼ਾਰੇ ਪੂਰਾ ਦੇਖਣ ਸਾਡੇ ਹੁਣ ਇੰਡੀਆ ਵਾਲੇ ਵੀ ਇੱਥੇ ਕਰਦੇ ਆ ਲੋਈ ਹੁਣ ਫਿੰਗਰ ਪਲਾਉਣ ਚੱਲੇ ਹਾਂ ਆਪਾਂ ਫਿੰਗਰ ਦੀ ਡੇਟ ਅੱਜ ਮਿਲ ਗਈ ਸੀ ਸਰ ਮੈਂ ਇੱਧਰ ਫਿੰਗਰ ਕਰਾਉਣ ਆਏ ਹੋ ਨਵੀਂ ਜਿਹੀ ਸਾਈਡ ਆ ਇੱਧਰ ਮੱਕੀ ਬੀਜੀ ਆ to bi bilo idealno. To bi bilo idealno. Ali mislim da još nismo na tom nivou. E, kad mi je sad dupe, ti pričaš to je cilj. Kad ti kažeš to bilo jedno. Da, to bilo jedno. Da funkcionira. Mislim, ono, ili ono, kako svi kažem, sliku, ਝੰਡੇ ਹੀ ਝੰਡੇ ਦੇਖੋ ਕਿੰਨੀ ਵਧੀਆ ਪਾਰਕਾਂ ਦੇਖੋ ਕਿੰਨੀਆਂ ਸੋਹਣੀਆਂ ਘੈਂਟ ਆ ਲੁੱਕ ਬਈ ਸਾਡੇ ਭਰਾ ਡਿਲੀਵਰੀ ਵਾਲੇ ਵੀ ਹੈਗੇ ਕਿੰਨੇ ਸੋਹਣੇ ਫੁੱਲ ਗ੍ਰੀਨਰੀ ਕਿੰਨੀ ਸੋਹਣੀ ਆ ਘੈਂਟ ਆ ਯਾਰ ਗੱਲਬਾਤ ਅੱਜ ਫਿਰ ਆਪਾਂ ਆਏ ਸੀਗੇ ਇੱਧਰ ਫਿੰਗਰ ਕਰਾ ਕੇ ਮੈਂ ਇੱਥੇ ਪਹੁੰਚ ਗਿਆ ਇਹ ਭਰਾ ਸਾਡਾ ਰਾਜਨ ਰੋਪੜ ਤੋਂ ਗਰਮ ਖੋਪੜ ਜ਼ਿਲ੍ਹਾ ਰੋਪੜ ਗਰਮ ਖੋਪੜ ਜ਼ਿਲ੍ਹਾ ਰੋਪੜ ਵੈਲ ਸੈਟਲਮੈਂਟ
ਤੇ ਲੁੱਕ ਦੇਖੋ, ਲੋਕੇਸ਼ਨ ਦੇਖੋ ਕਿੰਨੀ ਸੋਹਣੀ ਆ। ਘੈਂਟ ਆ ਵੈਦਰ ਵੀ, ਹੁਣ ਕਲਾਊਡ ਵਧੀਆ ਹੋ ਗਿਆ, ਹੁਣ ਠੰਡਾ ਹੋ ਗਿਆ। ਦਿਨੇ ਥੋੜ੍ਹੀ ਧੁੱਪ ਸੀਗੀ, ਹੁਣ ਉੱਦਾਂ ਵਧੀਆ ਹੋ ਗਿਆ। ਲੁੱਕ ਘੈਂਟ ਆ ਦੇਖੋ, ਹੈਗੀ ਗੱਲਬਾਤ ਹੈ ਨਾ, ਗੱਲਬਾਤ ਹੈਗੀ। ਲੱਗਦਾ ਇੱਥੇ ਅੱਜ ਲਾਈਵ ਕੌਂਸਰਟ ਚੱਲਣ ਲੱਗਾ ਆ। ਦੇਖੋ ਬਸ ਘੈਂਟ ਆ ਲੋਕੇਸ਼ਨ ਯਾਰ, ਆ ਵੀ ਪੂਰੀ ਗੱਲਬਾਤ ਆ। ਅੱਜ ਤਾਂ ਰੌਣਕਾਂ ਲੱਗੀਆਂ ਪੂਰੀਆਂ, ਵੀਕਐਂਡ ਆ ਨਾ।